ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਮਿੱਠੇ ਤੇ ਮਾਲਟੇ ਬਾਰੇ ਹੁਣ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿਨੂ ਤੇ ਸੰਤਰੇ ਬਾਰੇ ਹਰ ਇੱਕ ਗਾਲ ਦੀ ਮੈਂ ਗੁਰਸਿਮਰਨ ਸਿੰਘ ਤੁਹਾਨੂੰ ਆ ਨੈਚੁਰਲ ਫਾਰਮ ਤੋਂ ਦੋਸਤੋ ਜਿਹੜੀਆਂ ਕਿਨੂ ਦੀਆਂ ਵੈਰਾਈਟੀਆਂ ਨੇ ਜੀ ਉਹ ਦੋ ਤਿੰਨ ਵੈਸੇ ਹੈਗੀਆਂ ਕਿਨੂ ਦੀਆਂ ਹੀ ਤੇ ਉਹ ਦੋ ਤਿੰਨ ਵੈਰਾਈਟੀਆਂ ਆਉਂਦੀਆਂ ਨੇ ਜੀ ਪੰਜਾਬ ਨੰਬਰ 1 ਤੇ ਸੀਡਲੈਸ ਉਹਨਾਂ ਚੋਂ ਸਭ ਤੋਂ ਵਧੀਆ ਜੀ ਜਿਹੜਾ ਪੰਜਾਬ ਨੰਬਰ 1 ਕਿਨੂ ਆ ਉਹੀ ਆ ਜੀ ਇਹ ਉਦੋਂ ਬਾਅਦ ਆ ਜਾਂਦਾ ਜੀ ਆਪਣਾ ਸੰਤਰਾ ਆ ਜਾਂਦਾ ਜੀ ਨੂੰ ਆਪਾਂ ਡੇਜ਼ੀ ਕਹਿ ਦਿੰਦੇ ਆ ਤੇ ਉਹ ਤੇ ਉਹਨਾਂ ਬਾਰੇ ਗੱਲ ਕਰਦੇ ਆਂ ਜੀ ਆਜੋ ਜੀ ਆਪਾਂ ਫਿਰ ਬੂਟੇ ਆਂ ਦੇਖੀਏ ਜੀ ਦੋਸਤੋ ਹੁਣ ਜਿਹੜੇ ਸਟਰਸ ਜਾਤੀ ਦੇ ਆਪਾਂ ਫਲ ਕੋਲ ਖੜੇ ਆਂ ਜੀ ਇਹ ਆ ਡੇਜ਼ੀ ਡੇਜ਼ੀ ਕਿੰਨੂੰ ਤੇ ਇਹ ਸੰਤਰੇ ਦੀ ਇੱਕ ਕਿਸਮ ਆ ਜਾਂਦੀ ਹੈ ਜੀ ਇਹਦੇ ਜਿਹੜਾ ਪੱਕਣ ਦਾ ਸਮਾਂ ਜੀ ਇਹਦਾ ਪੱਕਣ ਦਾ ਸਮਾਂ ਨਵੰਬਰ ਹੈ ਜੀ ਨਵੰਬਰ ਦੇ ਵਿੱਚ ਇਹ ਪੱਕਣਾ ਪੱਕ ਕੇ ਸ਼ੁਰੂ ਸਟਾਰਟ ਹੋ ਜਾਂਦਾ ਆਪਾਂ ਹਾਰਵੈਸਟ ਇਹਦੀ ਸ਼ੁਰੂ ਕਰ ਦਿੰਦੇ ਆਂ ਤੇ ਕਿੰਨੂੰ ਨਾਲੋਂ ਪਹਿਲਾਂ ਹੋਣ ਕਰਕੇ ਜੀ ਇਹਦੀ ਵੀ ਜੂਸ ਲਈ ਬਹੁਤ ਡਿਮਾਂਡ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਵੀ ਆਪਾਂ ਨੂੰ ਜੂਸ ਦੀ ਜ਼ਰੂਰਤ ਪੈਂਦੀ ਰਹਿੰਦੀ ਆ ਉਦੋਂ ਖਾਣ ਲਈ ਸਭ ਤੋਂ ਵਧੀਆ ਫਲ ਆ ਜੀ ਇਹ ਇਹਦਾ ਬਿਲਕਾ ਜਿਹੜਾ ਛੇਲਾ ਉਹ ਥੋੜੀ ਜਿਹੀ ਬਰੀਕ ਹੁੰਦੀ ਆ ਤੇ ਹੁਣ 2 ਮਹੀਨਿਆਂ ਤੱਕ ਇਹਦਾ ਸਾਈਜ਼ ਪੂਰਾ ਬਣ ਜੂਗਾ ਤੇ ਹਾਰਵੈਸਟ ਕਰਨਾ ਸ਼ੁਰੂ ਕਰ ਦਾਂਗੇ ਜੀ ਇਹਨੂੰ ਆਪਾਂ ਨਵੰਬਰ ਦੇ ਵਿੱਚ ਨਵੰਬਰ 'ਚ ਇਹਦਾ ਆਪਾਂ ਜੂਸ ਵੀ ਵਰਤ ਸਕਦੇ ਆ ਇਹਨੂੰ ਆਪਾਂ ਐਜ਼ ਫਲ ਕੰਜ਼ੂਮ ਵੀ ਕਰ ਸਕਦੇ ਆ ਖਾ ਵੀ ਸਕਦੇ ਆ ਤੇ ਹੁਣ ਦੇਖੋ ਜੀ ਤੁਸੀਂ ਬਹੁਤ ਛੋਟਾ ਬੂਟਾ ਜੀ ਤਕਰੀਬਨ ਚੌਥੇ ਸਾਲ ਦਾ ਬੂਟਾ ਹੁਣ ਇਹਦਾ ਫਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਫਲ ਲੱਗਿਆ ਹੋਇਆ ਜੀ ਪੂਰਾ ਭਰਿਆ ਹੋਇਆ ਜੀ ਫਲ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਆਪਣੇ ਕੋਲ ਫਲ ਦਿੰਦਾ ਜੀ ਪੰਜਾਬ ਦੇ ਵਿੱਚ ਬਹੁਤ ਵਧੀਆ ਵੈਰਾਈਟੀ ਆ ਕਿੰਨੂ ਨਾਲ ਉਹ ਅਡਵਾਂਸ ਹੋਣ ਕਰਕੇ ਇਹਦੀ ਡਿਮਾਂਡ ਵੀ ਮਾਰਕੀਟ ਦੇ ਵਿੱਚ ਵਧੀਆ ਰਹਿੰਦੀ ਆ ਜੀ ਆ ਦੇਖੋ ਜੀ ਫਲ ਕਿਵੇਂ ਗੁੱਛਿਆਂ ਦੇ ਰੂਪ ਦੇ ਵਿੱਚ ਫਲ ਲੱਗਦਾ ਜੀ ਇਹਦਾ ਤੇ ਬਹੁਤ ਵਧੀਆ ਫਲਾਂ ਆ ਜੀ ਦੋਸਤੋ ਡੇਜੀ ਤੋਂ ਬਾਅਦ ਦੂਜਾ ਜਿਹੜਾ ਸੰਤਰਾ ਡਬਲਯੂ ਮਾਰਕੀਟ ਆ ਤੇ ਇਹਦਾ ਜਿਹੜਾ ਪੱਕਣ ਦਾ ਸਮਾਂ ਇਹ ਜਨਵਰੀ ਹੈ ਜੀ ਤੇ ਇਹ ਪੱਕ ਕੇ ਬਿਲਕੁਲ ਆਪਣੇ ਜਿਹੜੇ ਆਮ ਸੰਤਰੇ ਆਉਂਦੇ ਆ ਨਾਗਪੂਰੀ ਸੰਤਰੇ ਜਾਂ ਦੂਸਰਾ ਸੰਤਰਾ ਉਹਦੇ ਅਰਗਾ ਹੋ ਜਾਂਦਾ ਜੀ ਇਹਦੀਆਂ ਫਾੜੀਆਂ ਜਮਈ ਫੀਲ ਜਿਹੜਾ ਜਮਈ ਇਹਦਾ ਸੰਤਰੇ ਅਰਗਾ ਹੁੰਦਾ ਜੀ ਜੇ ਹੁਣ ਪੰਜਾਬ 'ਚ ਗੱਲ ਕਰੀਏ ਪੰਜਾਬ 'ਚ ਜਿਹੜਾ ਨਾਗਪੂਰੀ ਸੰਤਰਾ ਜਾਂ ਦੂਸਰਾ ਸੰਤਰਾ ਉਹ ਐਨੇ ਕਾਮਯਾਬ ਨਹੀਂ ਹੈਗੇ ਪਰ ਆਹ ਜਿਹੜੀਆਂ ਦੋਨੋਂ ਪ੍ਰਜਾਤੀਆਂ ਨੇ ਚਾਹੇ ਉਹ ਡੇਜ਼ੀ ਹੋ ਗਿਆ ਚਾਹੇ ਡਬਲੂ ਮਾਰਕੀਟ ਹੋ ਗਿਆ ਦੋਨੋਂ ਪ੍ਰਜਾਤੀਆਂ ਬਹੁਤ ਕਾਮਯਾਬ ਨੇ ਜੀ ਤੇ ਪੱਕਣ ਦਾ ਸਮਾਂ ਅੱਢ ਅੱਢ ਹੋਣ ਕਰਕੇ ਜਦੋਂ ਆਪਾਂ ਚਾਹੇ ਘਰੇਲੂ ਬਗੀਚੀ ਚਲਾਉਣਾ ਚਾਹੇ ਉਹਨੂੰ ਬਾਗ ਦੇ ਤੌਰ ਤੇ ਲਾਉਣਾ ਫਿਰ ਆਪਣੇ ਕੋਲੇ ਜਿਹੜੀ ਫਲ ਦੀ ਯੂਟਿਲਾਈਜੇਸ਼ਨ ਆ ਉਹ ਸਮੇਂ-ਸਮੇਂ ਹੁੰਦੀ ਰਹਿੰਦੀ ਆ ਇੱਕੋ ਵਾਰ 500 ਕਈ ਕੌਂਟਲ ਫਲ ਆ ਆਪਣੇ ਕੋਲੇ ਆ ਗਏ ਆ ਤੇ ਉਹ ਫਿਰ ਆਪਾਂ ਯੂਟਿਲਾਈਜ਼ ਨਹੀਂ ਕਰ ਸਕਦੇ ਨਾ ਉਹਨੂੰ ਸੇਲ ਕਰ ਸਕਦੇ ਆ ਐਨੇ ਥੋੜੇ ਫਲ ਨੂੰ ਨਾ ਆਪਾਂ ਉਹਨੂੰ ਵਰਤ ਸਕਦੇ ਆ ਕਿਉਂਕਿ ਆਪਣੇ ਘਰ ਦੇ ਯੂਜ਼ ਤੋਂ ਐਕਸੈਸ ਹੋ ਜਾਂਦਾ ਪਰ ਜਦੋਂ ਆਪਾਂ ਕਈ ਪ੍ਰਜਾਤੀਆਂ ਲਾ ਲੈਨੇ ਆਂ ਜੀ ਫਲਾਂ ਦੀਆਂ ਫਿਰ ਆਪਾਂ ਸਮੇਂ-ਸਮੇਂ ਦੇ ਵਿੱਚ ਕੋਈ ਨਾ ਕੋਈ ਹਾਰਵੈਸਟ ਕਰਦੇ ਰਹਨੇ ਆਂ ਜੀ ਇਹਨੇ ਜਾ ਕੇ ਜਨਵਰੀ ਦੇ ਵਿੱਚ ਪੱਕਣਾ ਸੰਤਰਾ ਬਹੁਤ ਵਧੀਆ ਮਿੱਠਾ ਟੇਸਟ ਆ ਜੀ ਇਹਦਾ ਤੇ ਜਿਵੇਂ ਛਿਲਕਾ ਪਤਲਾ ਹੋ ਜਾਂਦਾ ਜੀ ਹੁਣ ਇਹਨਾਂ ਦਾ ਸਾਈਜ਼ ਦੇਖੋ ਇਹਨਾਂ ਨੇ ਜਾ ਕੇ ਜਨਵਰੀ ਦੇ ਵਿੱਚ ਪੱਕਣਾ ਜੀ ਦੋਸਤੋ ਜਿਹੜੇ ਬੂਟੇ ਕੋਲ ਖੜੇ ਆਂ ਜੀ ਇਹ ਪੰਜਾਬ ਦੀ ਕਾਮਨ ਸਟਰਸ ਦੀ ਫਸਲ ਆ ਜੀ ਕਿੰਨੂ ਇਹਦੇ ਅਥਾ ਬਾਗ ਲੱਗੇ ਹੋਏ ਨੇ ਪੰਜਾਬ 'ਚ ਬਹੁਤ ਵਧੀਆ ਇਹਨੇ ਕਿਸਾਨਾਂ ਨੂੰ ਇੱਕ ਕਣਕ ਝੋਨੇ ਦਾ ਬਦਲ ਦਿੱਤਾ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਹੋ ਰਿਹਾ ਡਰਾਈ ਜ਼ੋਨ ਦੇ ਵਿੱਚ ਵੀ ਜਿੱਥੇ ਮਰਜੀ ਪੂਰੇ ਪੰਜਾਬ ਦੇ ਵਿੱਚ ਇਹਦੇ ਬੂਟੇ ਕਾਮਯਾਬ ਨੇ ਜੀ ਪੂਰੇ ਪੰਜਾਬ ਚ ਆਪਾਂ ਲਾ ਸਕਦੇ ਆ ਇੱਕ ਦੋ ਸਪੈਸ਼ਲ ਏਰੀਆ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੇ ਵਿੱਚ ਹੋ ਸਕਦਾ ਜੀ ਤੇ ਮੇਨ ਫਸਲ ਆ ਜੀ ਬਹੁਤ ਵਧੀਆ ਇਹਨੇ ਕੰਮ ਕੀਤਾ ਪੰਜਾਬ ਚ ਆ ਕੇ ਫਸਲ ਬਦਲਦਾ ਜੀ ਤੇ ਸਾਰੇ ਪੰਜਾਬ ਦੇ ਜਿਹੜੇ ਡਰਾਈ ਜ਼ੋਨ ਸੀ ਜਿਵੇਂ ਫਾਜ਼ਿਲਕਾ ਅਬੋਰ بڑے ਕਿਨੂਆ ਦੇ ਬਾਗ ਨੇ ਜੀ ਬੜੇ ਕਿਸਾਨ ਕਾਮਯਾਬ ਕੀਤੇ ਨੇ ਜੀ ਇਹਨੇ ਇਹ ਕਿੰਨੂ ਦੀ ਆਪਾਂ ਦਸੰਬਰ ਦੇ ਵਿੱਚ ਪੱਕਣਾ ਸ਼ੁਰੂ ਹੋ ਜਾਂਦਾ ਦਸੰਬਰ ਜਨਵਰੀ ਕੁਝ ਕੁ ਫਰਵਰੀ ਤੱਕ ਚਲੇ ਜਾਂਦਾ ਪਰ ਫਰਵਰੀ ਤੱਕ ਜ਼ਿਆਦਾ ਨਹੀਂ ਜਾਂਦਾ ਬਹੁਤ ਥੋੜਾ ਜਾਂਦਾ ਫਿਰ ਇਹਦਾ ਰਸ ਮੂੜ ਹੋਣ ਲੱਗ ਜਾਂਦਾ ਜਦੋਂ ਜ਼ਿਆਦਾ ਪੱਕ ਜਵੇ ਸਮਾਂ ਜ਼ਿਆਦਾ ਦਰੱਖਤ ਤੇ ਰਹਿ ਜਵੇ ਤੇ ਫਿਰ ਜ਼ਿਆਦਾ ਪੱਕ ਜਾਂਦਾ ਜੀ ਤੇ ਇਹਦੀ ਦੂਜੀ ਗੱਲ ਕਰਦੇ ਹਾਂ ਜੀ ਵਰਤੋਂ ਵਰਤੋਂ ਕਿੰਨੂ ਦੀ ਆਮ ਹੋ ਰਹੀ ਆ ਪੂਰੇ ਪੰਜਾਬ ਦੇ ਵਿੱਚ ਪੰਜਾਬ ਚੋਂ ਦਿੱਲੀ ਨੂੰ ਬਹੁਤ ਐਕਸਪੋਰਟ ਹੋ ਰਿਹਾ ਜੀ ਬਾਕੀ ਹੋਰ ਕਈ ਸਟੇਟਾਂ ਚ ਜਾਂਦਾ ਜੀ ਪੰਜਾਬ ਦੇ ਮੇਨ ਕ੍ਰੌਪ ਦੇ ਵਿੱਚ ਆ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਹੋ ਰਿਹਾ ਦਸੰਬਰ ਦੇ ਵਿੱਚ ਆਪਾਂ ਇਹਨੂੰ ਤੋੜ ਕੇ ਯੂਜ਼ ਕਰਨਾ ਸਟਾਰਟ ਕਰ ਸਕਦੇ ਹਾਂ ਇਹਦਾ ਆ ਤੁਸੀਂ ਹੁਣ ਬਗੀਚਾ ਦੇਖ ਸਕਦੇ ਹੋ ਜੀ ਇਹ ਬਗੀਚਾ ਅਸੀਂ ਪਹਿਲਾਂ ਟ੍ਰਾਇਲ ਦੇ ਤੌਰ ਤੇ ਲਾਇਆ ਸੀ ਬਹੁਤ ਨੇੜੇ ਲਾ ਚੁੱਕੇ ਹਾਂ ਜੀ ਕਿੰਨੂ ਦੀ ਫਸਲ ਜਾਂ ਜੋ ਵੀ ਫਸਲ ਆ ਜੀ ਉਹਦਾ ਜਿਹੜਾ ਸਟੈਂਡਰਡ ਸਾਈਜ਼ ਰੱਖਣਾ ਉਹ ਬਹੁਤ ਜ਼ਰੂਰੀ ਆ ਇਹਨੂੰ ਅਸੀਂ 10 ਵਜੇ 10 ਤੇ ਲਾ ਬੈਠੇ ਸੀ ਜਿਹੜਾ ਅੱਜ ਹੁਣ ਆਪਾਂ ਬਹੁਤ ੱੱਕੇ ਨਾਲ ਇਹਦੇ ਅੰਦਰੋਂ ਨੰਗਣਾ ਜਾਂ ਇਹਨੂੰ ਫਲ ਨੂੰ ਤੋੜਨਾ ਤੇ ਇਹਨਾਂ ਕੁਝ ਬੂਟੇ ਖਰਾਬ ਹੋ ਗਏ ਕੁਝ ਬੂਟੇ ਖਰਾਬ ਹੋਣ ਦਾ ਕਾਰਨ ਜਦੋਂ ਸੰਘਣੇ ਲੱਗੇ ਹੁੰਦੇ ਆ ਜੀ ਫਿਰ ਇਹਨਾਂ ਦਾ ਬੂਟਿਆਂ ਚ ਹਵਾ ਦੀ 에ਰੇਸ਼ਨ ਨਾ ਹੋਣ ਕਰਕੇ ਜੀ ਇਹ ਬੂਟੇ ਬਹੁਤ ਛੇਤੀ ਖਰਾਬ ਹੁੰਦੇ ਆ ਜੀ ਸਿਟਰਸ ਜਾਤੀ ਇਹ ਜੀ ਹੈ ਵੀ ਇਹਦੀ ਆਪਾਂ ਜਿਆਦਾ ਕਟਿੰਗ ਵੀ ਨਹੀਂ ਕਰ ਸਕਦੇ ਹੁਣ ਇਸ ਲਈ ਇਹਨਾਂ ਦੀ ਪ੍ਰੋਪਰ ਦੂਰੀ 15x15 ਤੇ ਹੁਣ ਜਾਂ 15x20 ਤੇ ਹੋਣਾ ਬਹੁਤ ਜ਼ਰੂਰੀ ਆ ਜੀ ਤੁਸੀਂ ਨਿਗਾਹ ਮਾਰੋਗੇ ਅਸੀਂ ਬਹੁਤ ਸੰਘਣਾ ਲਾਇਆ ਸੀ ਪਰ ਉਹ ਫਾਇਦੇਮੰਦ ਨਹੀਂ ਹੈਗਾ ਜਿੰਨਾ ਇਹਨੂੰ ਆਪਾਂ ਖੁੱਲਾ ਲਾਵਾਂਗੇ ਜੀ ਜਿੰਨੇ ਜਗ੍ਹਾ ਦੀ ਵਰਤੋਂ ਆਪਣੇ ਕੋਲ ਜਗਾ ਜਿਸ ਹਿਸਾਬ ਨਾਲ ਉਸ ਹਿਸਾਬ ਨਾਲ ਲਾਵਾਂਗੇ ਤਾਂ ਇਹ ਆਪਾਂ ਨੂੰ ਜ਼ਿਆਦਾ ਫਲ ਦਿੰਦੇ ਆ ਹੁਣ ਇਹਨਾਂ ਬੂਟਿਆਂ ਨੇ ਵਧਣਾ ਪਰ ਜਗਾ ਘੱਟ ਹੋਣ ਕਰਕੇ ਇਹ ਪ੍ਰੋਪਰਲੀ ਵਧ ਨਹੀਂ ਰਹੇ ਤੇ ਜਿੰਨਾ ਫਲ ਦੇਣਾ ਚਾਹੀਦਾ ਆਪਾਂ ਨੂੰ ਦੇ ਨਹੀਂ ਰਹੇ ਇਸ ਲਈ ਜਗਾ ਛੱਡਣੀ ਤੇ ਜਿਹੜੀ ਪ੍ਰੋਪਰ ਦੂਰੀ ਆ ਉਹ ਬਹੁਤ ਆਪਾਂ ਨੂੰ ਜ਼ਰੂਰੀ ਆ ਜੀ ਦੋਸਤੋ ਜਿਹੜੇ ਹੁਣ ਆਪਾਂ ਬੂਟੇ ਕੋਲੇ ਖੜੇ ਆਂ ਜੀ ਇਹ ਗਰੇਪ ਫਰੂਟ ਆ ਜੀ ਚਕੋਤਰਾ ਜੀ ਨੂੰ ਕਹਿੰਦੇ ਨੇ ਆ ਚਕੋਤਰਾ ਆਪਣੇ ਦੋ ਕਿਸਮ ਦਾ ਆਉਂਦਾ ਜੀ ਇੱਕ ਤਾਂ ਜਿਹੜੇ ਯੂਨੀਵਰਸਿਟੀ ਨੇ ਬਹੁਤ ਵਧੀਆ ਸੋਧ ਕੇ ਪੇਸ਼ ਕੀਤੇ ਨੇ ਜੀ ਚਕੋਤਰੇ ਗਰੇਪਫਰੂਟ ਉਹਨਾਂ ਦੀ ਰੇਂਜ ਆ ਜੀ ਇੱਕ ਗਰੇਪਫਰੂਟ ਵੱਡਾ ਵੱਡੇ ਸਾਈਜ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਉਂਦਾ ਜੀ ਉਹ ਆ ਜੀ ਤੇ ਉਹ ਕਾਮਨਲੀ ਆਪਣੇ ਆਮ ਜਿਹੜੀਆਂ ਨਰਸਰੀਆਂ ਨੇ ਉਹਨਾਂ ਤੋਂ ਮਿਲ ਕੇ ਬਹੁਤ ਥਾਂਵੇਂ ਲੱਗਿਆ ਹੋਇਆ ਜੀ ਬਹੁਤ ਵੱਡਾ ਫਲ ਹੁੰਦਾ 슈ਗਰ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਜ਼ਿਆਦਾ ਯੂਜ਼ ਕਰੀਂਦਾ ਜੀ ਇਹ ਵੀ ਜਿਹੜੇ ਹੈਗੇ ਆ ਜੀ ਇਹਨਾਂ ਦਾ ਕੰਟੈਂਟ ਇੰਨਾ ਵਧੀਆ ਵੀ ਮੋਟਾਪੇ ਨੂੰ ਘਟਾਉਂਦਾ ਤੇ ਆਪਣੀ ਸਿਹਤ ਨੂੰ ਪਰਫੁੱਲਤ ਕਰਦਾ ਜੀ ਜਿਹੜੀਆਂ ਦੀ ਪੀਏਯੂ ਨੇ ਆਪਣੇ ਕੋਲ ਗਰੇਪਫਰੂਟ ਦੀਆਂ ਤਿੰਨ ਪ੍ਰਜਾਤੀਆਂ ਦਿੱਤੀਆਂ ਨੇ ਜੀ ਉਹ ਹੈਗੇ ਆ ਜੀ ਸਟਾਰ ਰੂਬੀ, ਰੈੱਡ ਬਲਸ਼ ਤੇ ਮਾਰਕਸ ਸੀਡਲੈਸ ਤਿੰਨਾਂ ਵੈਰਾਈਟੀਆਂ ਚੋਂ ਆਪਾਂ ਜਿਹੜੇ ਬੂਟੇ ਕੋਲੇ ਖੜੇ ਆਂ ਜੀ ਉਹ ਹੈਗਾ ਜੀ ਰੈੱਡ ਪਲੱਸ ਰੈੱਡ ਬਲਸ਼ ਰੈੱਡ ਬਲਸ਼ ਇਹਨੂੰ ਤਾਂ ਕਹਿੰਦੇ ਜੀ ਇਹਦਾ ਜਿਹੜਾ ਅੰਦਰੋਂ ਰੰਗ ਆ ਜੀ ਉਹ ਬਿਲਕੁਲ ਲਾਲ ਹੁੰਦਾ ਜੀ ਇਹ ਆਪਾਂ ਤੋੜ ਕੇ ਦੇਖਦੇ ਆਂ ਜੀ ਇਹਦਾ ਸਾਈਜ਼ ਇਦੋਂ ਹਜੇ ਵੱਡਾ ਹੋਊਗਾ ਜੀ ਕਿਉਂਕਿ ਹਜੇ ਇਹਨੇ 2 ਮਹੀਨਿਆਂ ਤੱਕ ਪੱਕਣਾ ਜੀ ਇਹ ਦਸੰਬਰ ਤੇ ਜਨਵਰੀ ਦੇ ਵਿੱਚ ਇਹਨਾਂ ਦਾ ਪੱਕਣ ਦਾ ਸਮਾਂ ਹੈ ਜੀ ਜਿਹੜਾ ਦਸੰਬਰ ਜਨਵਰੀ ਆ ਤੁਸੀਂ ਇਹਦੀ ਲਾਲੀ ਦੇਖ ਸਕਦੇ ਹੋ ਮੈਂ ਨੇੜੇ ਆ ਕੇ ਦਿਖਾਉਂਗਾ ਜੀ ਲਾਲੀ ਇਹਦੇ ਫਲ ਦੇ ਉੱਤੇ ਵੀ ਆਉਣ ਲੱਗੀ ਜੀ ਹੁਣ ਜਦੋਂ ਇਹਨੂੰ ਆਪਾਂ ਕੱਟਾਂਗੇ ਜੀ ਤੇ ਆਹ ਦੇਖੋ ਜੀ ਜਿਹੜਾ ਇਹਦਾ ਅੰਦਰੋਂ ਰੰਗ ਆ ਜੀ ਉਹ ਵੀ ਬਿਲਕੁਲ ਲਾਲ ਆ ਜੀ ਤੇ ਇਹਦਾ ਰਸਾ ਜਿਹੜਾ ਥੋੜੀ ਜਿਹੀ ਖਟਾਸ ਤੇ ਹੁੰਦਾ ਜੀ ਤੇ ਰਸੇ ਦੇ ਵਿੱਚ ਬਹੁਤ ਹੁੰਦਾ ਜੀ ਰਸੇ ਦਾ ਹਾਰਵੈਸਟ ਕਰਨ ਲਈ ਆਪਾਂ ਮੇਨਲੀ ਇਹਨੂੰ ਵਰਤਦੇ ਆਂ ਜੀ ਇਹ ਖਾਣ ਲਈ ਘੱਟ ਟੇਸਟੀ ਆ ਜੀ ਦੂਜੀਆਂ ਵੈਰੈਟੀਆਂ ਨਾਲੋਂ ਘੱਟ ਖਾਦਾ ਜਾਂਦਾ ਜੀ ਪਰ ਰਸ ਲਈ ਬਹੁਤ ਵਧੀਆ ਕਾਮਜਾਬ ਆ ਜੀ ਤੇ ਇਹਦੇ ਚ ਇਹ ਜਿਹੜੇ ਗੁਣ ਨੇ ਪਾਏ ਜਾਂਦੇ ਨੇ ਜਿਹਦੇ ਨਾਲ ਆਪਣਾ ਭਾਰਨ ਵੀ ਘਟਦਾ ਤੇ ਆਪਣੀ ਸਿਹਤ ਨੂੰ ਹੋਰ ਵੀ ਬਹੁਤ ਬੈਨੀਫਿਟ ਮਿਲਦੇ ਆ ਜੀ ਇਹ ਦਸੰਬਰ ਦੇ ਵਿੱਚ ਆਪਾਂ ਨੂੰ ਪੱਕਣੇ ਪਕਾਣ ਲੱਗ ਜਾਂਦੇ ਆ ਜੀ ਦਸੰਬਰ ਜਨਵਰੀ ਦੇ ਵਿੱਚ ਇਹਨਾਂ ਨੂੰ ਆਪਾਂ ਵਰਤ ਸਕਦੇ ਆ ਤੇ ਬਹੁਤ ਵਧੀਆ ਵੈਰੈਟੀਆਂ ਨੇ ਜੀ ਇਹ ਜਿਹੜਾ ਦੂਸਰੀ ਵੈਰੈਟੀ ਆ ਜੀ ਉਹ ਇਦੋਂ ਵੀ ਵੱਡੀ ਹੋ ਜਾਂਦੀ ਹੈ ਜਿਹੜੀ ਆਮ ਆਪਾਂ ਨੂੰ ਚਕੋਤਰਾ ਮਿਲਦਾ ਜੀ ਉਹ ਤਕਰੀਬਨ ਸਮਝ ਲਓ ਵੀ 1 ਕਿਲੋ ਦਾ ਫਲ ਹੋ ਜਾਂਦਾ ਜੀ ਪਰ ਇਹ ਇਹਨਾਂ ਦਾ ਸਾਈਜ਼ ਇਹਨੂੰ ਹਜੇ 2 ਮਹੀਨਿਆਂ ਚ ਹੋਰ ਵੱਡਾ ਹੋ ਜਾਣਾ ਇਹਨਾਂ ਵਿੱਚ ਰਸਤੀ ਕੁਆਂਟੀਟੀ ਬਹੁਤ ਜ਼ਿਆਦਾ ਹੁੰਦੀ ਆ ਜੀ ਤੁਸੀਂ ਹੁਣ ਦੇਖ ਸਕਦੇ ਹੋ ਜੀ ਰਸ ਬਹੁਤ ਜ਼ਿਆਦਾ ਨਿਕਲਦਾ ਜੀ ਇਹਨਾਂ ਚ ਧੰਨਵਾਦ ਜੀ